ਅੰਬਾਲਾ ਕੈਂਟ ਦੀ ਰੇਲਵੇ ਕਲੋਨੀ ਦੇ ਕੁਆਟਰ 'ਚ ਸੰਦਿਗਧ ਪਰਿਸਥਿਤੀਆਂ ਵਿੱਚ ਰੇਲ ਕਰਮੀ ਦਾ ਸ਼ਵ ਮਿਲਣ ਦਾ ਮਾਮਲਾ ਸਾਹਮਣੇ ਆਇਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਘਟਨਾ ਸਥਲ ਦਾ ਬਾਰੀਕੀ ਨਾਲ ਮੁਆਇਨਾ ਕਰਕੇ ਰੇਲਵੇ ਦੇ ਡਾਕਟਰਾਂ ਨੂੰ ਇਸ ਦੀ ਖਬਰ ਦਿੱਤੀ। ਮਿਨਕਾ ਜੀ, ਵਿਸ਼ਾਖਾਪਟਨਮ ਸੇ ਇਨਕੀ ਸਿਸਟਰ ਦਾ ਫੋਨ ਆਇਆ ਕਿ 2 ਦਿਨ ਸੇ ਫੋਨ ਕਰ ਰਹੇ ਹੈ, ਫੋਨ ਨਹੀਂ ਉਠਾ ਰਹੇ। ਤੋ ਆ ਕੇ ਫਿਰ ਹਮ ਇਧਰ ਆਏ ਲੜਕੇ, ਸਭ ਨੇ ਦੇਖਾ ਕਿ ਦਰਵਾਜ਼ਾ ਜਾਲੀ ਵਾਲਾ ਥਾ ਔਰ ਆਵਾਜ਼ੇ ਮਾਲੀ ਖੋਲਾ ਨਹੀਂ। ਫਿਰ ਲੜਕੋ ਨੇ ਦਰਵਾਜ਼ਾ ਤੋੜਾ ਔਰ ਫਿਰ ਪੁਲਿਸ ਕੋ ਇਨਫੋਰਮ ਕੀਆ। ਫਿਰ ਆ ਕੇ ਦੇਖਾ ਤੋ ਡੈਥ ਹੋ ਰੱਖੀ ਥੀ। ਕੌਣ ਹੈ ਯੇ ਮਰਨੇ ਵਾਲੇ, ਕਿਆ ਨਾਮ ਹੈ? ਇਨਕਾ ਨਾਮ ਹੈ ਮੁਹੰਮਦ ਦਿਨ ਮਦੀਨਾ ਬਾਦਸ਼ਾਹ। ਹਮਾਰੇ ਕੋ ਸੂਚਨਾ ਮਿਲੀ ਹੈ ਕਿ ਕੋਈ ਰੇਲਵੇ ਕਲੋਨੀ ਮੇ ਕਿਸੀ ਮੁਲਾਜ਼ਮ ਕੀ ਡੈਥ ਹੋ ਗਈ ਹੈ। ਤੋ ਹਮ ਮੌਕਾ ਪਰ ਆਏ ਹੈਂ। ਮੌਕੇ ਕੇ ਅਨੁਸਾਰ ਰੇਲਵੇ ਕਾ ਡਾਕਟਰ ਵੀ ਮੌਕਾ ਪਰ ਆਇਆ ਹੈ। ਡਾਕਟਰ ਨੇ ਇਸਕੋ ਮ੍ਰਿਤ ਗੋਸ਼ਤ ਕਰਕੇ ਹਮਾਰੇ ਕੋ ਸੂਚਨਾ ਦੇ ਦੀ ਹੈ। ਹਮ ਇਸਕੋ ਪੋਸਟਮਾਰਟਮ ਕੇ ਲਈ ਸਿਵਲ ਹਸਪਤਾਲ ਲੈ ਕੇ ਜਾ ਰਹੇ ਹੈਂ। ਫਿਲਹਾਲ ਸ਼ੁਰੂਆਤੀ ਨਜ਼ਰ ਮੇ ਕਿਆ ਮਾਮਲਾ ਲੱਗ ਰਿਹਾ ਹੈ ਸਰ? ਅਭੀ ਤੋ ਇਸਕੇ ਬਾਰੇ ਹਮ ਕੋਈ ਇਸਕਾ ਕੋਈ ਐਸੀ ਚੋਟ ਯਾ ਇਸਕੇ ਸਰੀਰ ਪਰ ਕੋਈ ਐਸੀ ਵੋ ਨਹੀਂ ਹੈ। ਕਮ ਸੇ ਕਮ 2 ਦਿਨ ਕੀ ਲਗਤੀ ਹੈ ਡੈਥ। ਜੈਸੇ ਇਸਕਾ ਸਰੀਰ ਤੇ ਲਗਤਾ ਹੈ 2 ਦਿਨ ਪਹਿਲੇ। ਅੰਬਾਲਾ ਤੋਂ BS ਗੁਲਿਆਨੀ ਦੀ ਰਿਪੋਰਟ, ਚੈਨਲ 2।